ਹਾਂਜੀ ਕਿੱਦਾਂ ਸਾਰੇ? ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਇੰਨੀ ਸਪੋਰਟ ਕਰਦੇ ਹੋ। ਇੱਕ ਵਟਸਐਪ ਗਰੁੱਪ ਵੀ ਬਣਾਇਆ ਮੈਂ, ਪਤਾ ਨਹੀਂ ਬਹੁਤ ਮੈਸੇਜ ਆਉਂਦੇ ਮੈਨੂੰ, ਹੈ ਨਾ, ਵੀ ਸਾਡਾ ਲਿੰਕ ਨਹੀਂ ਸਾਨੂੰ ਮਿਲਦਾ ਪਿਆ ਵਟਸਐਪ ਗਰੁੱਪ ਦਾ, ਸਾਡਾ ਜੁਆਇਨ ਨਹੀਂ ਹੁੰਦਾ। ਸੋ ਇਸ ਵੀਡੀਓ ਦੇ ਵਿੱਚ ਮੈਂ ਉਹ ਗਰੁੱਪ ਦਾ ਲਿੰਕ ਫਿਰ ਦੁਬਾਰਾ ਪਾ ਦੂੰਗਾ। ਅਤੇ ਸੈਕਿੰਡਲੀ ਜਿਹੜੀ ਗੱਲ ਆਪਾਂ ਕਰਨੀ ਆ ਪ੍ਰੀ ਕੈਸ਼ ਇੰਟਰਵਿਊ ਦੀ, ਹੈ ਨਾ, ਠੀਕ ਹੈ, ਕੋਈ ਐਡੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਜਿਵੇਂ ਸਾਰੇ ਹੁਣ ਬਾਈ ਕੀ ਹੋਊਗਾ, ਕਿਵੇਂ ਹੋਊਗਾ, ਕੀ ਪੁੱਛਣਗੇ, ਜਾਂ ਕਈ ਮੇਰੇ ਵੀਰ ਕਹਿੰਦੇ ਸਾਡੀ ਕੈਸ਼ ਲੈਟਰ ਆ ਗਈ ਆ, ਅਤੇ ਉਸ ਤੋਂ ਬਾਅਦ ਵੀ ਕਹਿੰਦੇ ਇੰਟਰਵਿਊ ਆ ਸਕਦੀ ਹੈ ਕਿ ਨਹੀਂ, ਤਾਂ ਅੱਜ ਇਹੀ ਗੱਲ ਕਰਦੇ ਹਾਂ ਸਾਰੀ। ਤੁਹਾਡੀ ਜਿਹੜੀ ਕੈਸ਼ ਇੰਟਰਵਿਊ ਆ, ਹੈ ਨਾ, ਉਹਦੇ ਵਿੱਚ ਕੀ ਹੁੰਦਾ ਹੈ, ਹੈ ਨਾ, ਅਤੇ ਕਿਵੇਂ ਕਿਵੇਂ ਕੀ ਸਪੈਕਟਡ ਜਿਹੜੇ ਹੈਗੇ ਆ ਉਹ ਕੁਸ਼ਚਨ ਉਹ ਕਰਦੇ ਆ, ਹੈ ਨਾ। ਮੈਂ ਤੁਹਾਨੂੰ ਆਪਣਾ ਦੱਸਦਾ, ਮੇਰੀ ਕੋਈ ਕੈਸ਼ ਇੰਟਰਵਿਊ ਨਹੀਂ ਸੀ, ਮੇਰੀ ਸਿੱਧੀ ਅੰਬੈਸੀ ਇੰਟਰਵਿਊ ਆਈ ਸੀ, ਕਿਉਂਕਿ ਮੇਰਾ ਗੈਪ ਘੱਟ ਸੀ, ਓਵਰਆਲ 6.5 ਬੈਂਡ ਸੀ, ਹੈ ਨਾ। ਸੋ ਇਸ ਕਰਕੇ ਮੇਰੀ ਜਿਹੜੀ ਹੈਗੀ ਆ ਕੋਈ ਕੈਸ਼ ਇੰਟਰਵਿਊ ਜਾਂ ਕੋਈ ਵੀ ਇੰਟਰਵਿਊ ਨਹੀਂ ਆਈ, ਸਿੱਧੀ ਅੰਬੈਸੀ ਇੰਟਰਵਿਊ ਆਈ ਸੀਗੀ। ਮੇਰਾ ਏਜੰਟ ਕਹਿੰਦਾ ਸੀ ਮੈਂ 100 ਫਾਈਲਾਂ ਲਾਈਆਂ, 100 ਫਾਈਲਾਂ ਦੇ ਵਿੱਚੋਂ ਸਿਰਫ ਇੱਕ ਦੀ ਅੰਬੈਸੀ ਇੰਟਰਵਿਊ ਆਈ ਆ, ਅਤੇ ਉਹ ਮੈਂ ਸੀਗਾ, ਠੀਕ ਹੈ। ਅਤੇ ਉਹ ਵੀ ਐਕਸਪੀਰੀਅੰਸ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਕੀ ਆ। ਅਤੇ ਪਹਿਲਾਂ ਕੈਸ਼ ਇੰਟਰਵਿਊ ਦੀ ਗੱਲ, ਕੈਸ਼ ਇੰਟਰਵਿਊ ਦੇ ਵਿੱਚ ਤੁਸੀਂ, ਆ ਮੇਰੀ ਹੁਣੇ ਨਾ ਇੱਕ ਸਟੂਡੈਂਟ ਨਾਲ ਗੱਲ ਹੋਈ ਆ, ਜਿਹਨੇ ਆਪਣੀ ਕੈਸ਼ ਇੰਟਰਵਿਊ ਜਿਹੜੀ ਆ ਕਲੀਅਰ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਸਟਿਕ ਟੂ ਯੂਅਰ SOP, ਜਿਹੜੀ ਤੁਹਾਡੀ ਸਟੈਂਟ ਆਫ ਪਰਪਸ ਆ, ਠੀਕ ਹੈ, ਜਿਹੜੀ ਤੁਹਾਡੀ ਫਾਈਲ ਦੇ ਨਾਲ ਇੱਕ A4 ਸ਼ੀਟ ਜਾਂ 2 A4 ਸ਼ੀਟ ਦੇ ਲਈ ਉਹਨਾਂ ਨੇ ਤੁਸੀਂ ਪੂਰਾ ਡਿਸਕ੍ਰਾਈਬ ਕੀਤਾ ਹੁੰਦਾ ਹੈ ਵੀ ਅਸੀਂ UK ਕਿਉਂ ਆ ਰਹੇ ਹਾਂ, ਹੈ ਨਾ, ਅਤੇ UK ਦੀ ਇਹ ਸਟੱਡੀ ਕਿਉਂ ਲੈ ਰਹੇ ਹਾਂ। ਉਹਦੇ ਵਿੱਚ ਇਹ ਹੁੰਦਾ ਵੀ ਆਪਾਂ ਪੂਰਾ ਆਪਣੀ ਇਕੱਲੀ ਇਕੱਲੀ ਡਿਟੇਲ ਲਿਖਣੀ ਹੁੰਦੀ ਆ ਵੀ ਆਪਾਂ ਕਿਉਂ ਆ ਰਹੇ ਹਾਂ ਇੱਥੇ, ਕਿਵੇਂ ਆ ਰਹੇ ਹਾਂ, ਹੈ ਨਾ, ਕੌਣ ਫਾਈਨੈਂਸ਼ਲੀ, ਐਵਰੀਥਿੰਗ, ਤੁਹਾਡਾ ਪਰਪਸ, ਮੇਨ ਪਰਪਸ ਜਿਹੜਾ ਆਪਾਂ ਕਹਿੰਦੇ ਇੱਕ ਸਟੇਟਮੈਂਟ ਹੁੰਦੀ ਆ ਆਪਣੀ, ਠੀਕ ਹੈ, ਪਰਪਸ ਆਪਣਾ ਕੀ ਆਉਣ ਦਾ, ਹੈ ਨਾ, ਉਹਦੀ ਆਪਾਂ ਇੱਕ ਸਟੇਟਮੈਂਟ ਦਿੰਦੇ ਹੁੰਦੇ ਹਾਂ, ਉਹਨੂੰ ਆਪਾਂ SOP ਕਹਿ ਦਿੰਦੇ ਹਾਂ। ਅਤੇ SOP 'ਤੇ ਹੀ ਤੁਸੀਂ ਸਟਿੱਕ ਰਹਿਣਾ, ਠੀਕ ਹੈ। ਉਹਦੇ ਵਿੱਚ ਕੀ ਆ, ਇਹਨੂੰ ਚੰਗੀ ਤਰ੍ਹਾਂ ਰੀਡ ਕਰਿਓ, ਸਮਝੋ, ਏਜੰਟ ਤੁਹਾਨੂੰ ਉਹ ਪ੍ਰੋਵਾਈਡ ਕਰੂਗਾ ਹੀ ਕਰੂਗਾ, ਠੀਕ ਹੈ, ਅਤੇ ਉਹੀ ਉਹਨਾਂ ਨੇ ਪੁੱਛਣਾ ਹੈਗਾ, ਠੀਕ ਹੈ। ਇਸ ਤੋਂ ਇਲਾਵਾ ਵੀ ਪੁੱਛਦੇ ਆ, ਤੁਹਾਡੀ ਅਕੋਮੋਡੇਸ਼ਨ ਦਾ, ਠੀਕ ਹੈ, ਤੁਹਾਡੀ ਅਕੋਮੋਡੇਸ਼ਨ ਕਿੱਥੇ ਆ, ਤੁਹਾਡੇ ਅਕੋਮੋਡੇਸ਼ਨ ਤੁਹਾਡੀ ਕਿੱਥੇ ਆ, ਹੈ ਨਾ, ਠੀਕ ਹੈ, ਤੁਹਾਡਾ ਕੋਈ ਫਰੈਂਡ ਜਾਂ ਤੁਹਾਡੇ ਕੋਈ ਰੈਲੇਟਿਵਸ ਇੱਥੇ ਹੈਗੇ ਕਿ ਨਹੀਂ ਹੈਗੇ UK ਦੇ ਵਿੱਚ, ਠੀਕ ਹੈ। ਇਹ ਚੀਜ਼ਾਂ ਪੁੱਛ, ਘਬਰਾਉਣ ਵਾਲੀ ਕੋਈ ਗੱਲ ਨਹੀਂ, ਜਿਨ੍ਹਾਂ ਦੀ ਕੈਸ਼ ਇੰਟਰਵਿਊ ਆ ਗਈ ਆ, ਠੀਕ ਹੈ, ਉਹਨਾਂ ਨੂੰ ਥੋੜ੍ਹੀ ਤਿਆਰੀ ਕਰਨ ਦੀ ਲੋੜ ਆ, ਬਸ ਹੋਰ ਕੁਛ ਨਹੀਂ, ਠੀਕ ਹੈ। ਅਤੇ ਜਿਨ੍ਹਾਂ ਦੀ ਕੈਸ਼ ਆ ਗਈ ਆ ਅਤੇ ਉਹ ਹਜੇ ਵਰੀ ਕਰ ਰਹੇ ਸਾਡੀ ਇੰਟਰਵਿਊ, ਸੋ ਰੇਅਰ ਚਾਂਸ ਹੁੰਦਾ, ਜਿਵੇਂ ਮੈਂ ਪਹਿਲਾਂ ਹੀ ਦੱਸਿਆ 100 ਚੋਂ 1 ਦੀ ਅੰਬੈਸੀ ਇੰਟਰਵਿਊ ਆਉਂਦੀ ਆ, ਠੀਕ ਹੈ। ਜਿਹੜੀ ਮੇਰੀ ਅੰਬੈਸੀ ਇੰਟਰਵਿਊ ਦੀ ਗੱਲ ਆ, ਉਹ ਜਦੋਂ ਮੇਰੀ ਅੰਬੈਸੀ ਇੰਟਰਵਿਊ ਆਈ ਸੀ, ਮੈਂ ਤੁਹਾਨੂੰ ਰੀਅਲ ਸਟੋਰੀ ਦੱਸਦਾ, ਮੈਨੂੰ ਫੋਨ ਆਇਆ ਅਤੇ ਮੈਨੂੰ ਪਤਾ ਸੀਗਾ ਮੈਨੂੰ ਕਾਲ ਆਉਣੀ ਆ, ਅਨਨੋਨ ਨੰਬਰ ਮੈਂ ਚੱਕਿਆ, ਅਤੇ ਕਹਿੰਦੇ ਮਿਸਟਰ ਸਿੰਘ ਗੱਲ ਕਰ ਰਿਹਾ, ਮੈਂ ਕਿਹਾ ਹਾਂਜੀ, ਅਤੇ ਉਹਨਾਂ ਨੇ ਕਹਿੰਦੇ ਵੀ ਤੁਹਾਡੀ ਇੰਟਰਵਿਊ ਲੈਣੀ ਆ। ਮੇਰਾ ਕੇਸ ਇਹ ਸੀਗਾ, ਮੈਂ ਜਿਹੜਾ ਨੰਬਰ ਦਿੱਤਾ ਸੀ ਨਾ, ਉਹ ਨੰਬਰ 'ਤੇ ਕਨੈਕਟ ਨਹੀਂ ਸੀ ਹੋ ਰਿਹਾ ਮੈਨੂੰ ਸਿੱਧੀ, ਤਾਂ ਕਾਲ ਨਹੀਂ ਆਈ, ਨਹੀਂ ਤਾਂ ਸਰਪ੍ਰਾਈਜ਼ ਕਾਲ ਆਉਂਦੀ ਹੁੰਦੀ ਅੰਬੈਸੀ ਦੀ ਹਮੇਸ਼ਾ, ਤੁਹਾਨੂੰ ਨਹੀਂ ਪਤਾ ਲੱਗਣਾ ਕਦੋਂ ਆਉਣੀ ਆ ਕਾਲ, ਉਹ ਸਿੱਧੀ ਕਾਲ ਆਉਣੀ ਆ, ਠੀਕ ਹੈ, ਤੁਸੀਂ ਚੱਕਣੀ ਆ ਅਤੇ ਉਹਨਾਂ ਨੇ ਕਹਿਣਾ ਜੀ ਅਸੀਂ ਅੰਬੈਸੀ ਤੋਂ ਗੱਲ ਕਰਨੇ ਹਾਂ, ਤੁਹਾਡਾ ਨਾਮ ਇਹ ਆ, ਤੁਹਾਡੀ ਫਾਈਲ ਸਾਡੇ ਕੋਲ ਆ, ਠੀਕ ਹੈ। ਉਹ ਸਰਪ੍ਰਾਈਜ਼ ਕਾਲ ਹੁੰਦੀ ਬਿਲਕੁਲ ਅੰਬੈਸੀ ਦੀ, ਠੀਕ ਹੈ, ਕੋਈ ਨੋਟੀਫਿਕੇਸ਼ਨ, ਕੋਈ ਮੇਲ, ਕੁਛ ਨਹੀਂ ਆਉਂਦਾ ਉਹ। ਅਤੇ ਮੈਨੂੰ ਆਈ ਸੀਗੀ, ਪਰ ਮੇਰੇ ਨਾਲ ਕੀ ਹੋਇਆ, ਜਿਹੜੇ ਨੰਬਰ 'ਤੇ ਉਹ ਕਾਲ ਕਰ ਰਹੇ ਸੀ ਉਹ ਨੰਬਰ ਨਹੀਂ ਲੱਗਿਆ, ਫਿਰ ਉਹਨਾਂ ਨੇ ਮੇਲ ਪਾਈ ਵੀ ਅਸੀਂ ਇਹ ਨੰਬਰ 'ਤੇ ਤੁਹਾਨੂੰ ਕਾਲ ਕਰ ਰਹੇ ਹਾਂ, ਤੁਹਾਡਾ ਨੰਬਰ ਨਹੀਂ ਲੱਗ ਰਿਹਾ, ਸਾਨੂੰ ਅਲਟਰਨੇਟਿਵ ਨੰਬਰ ਪ੍ਰੋਵਾਈਡ ਕਰੋ। ਅਤੇ ਮੈਂ ਉਹਨਾਂ ਨੂੰ ਅਲਟਰਨੇਟਿਵ ਨੰਬਰ 2 ਦਿਨ ਰੋਕ ਕੇ ਪ੍ਰੋਵਾਈਡ ਕੀਤਾ, ਠੀਕ ਹੈ। ਉਹਦੇ 2 ਦਿਨਾਂ ਦੇ ਵਿੱਚ ਮੈਂ ਪ੍ਰਿਪਰੇਸ਼ਨ ਕਰ ਲਈ, ਫਿਰ ਮੈਨੂੰ ਕਾਲ ਆਈ, ਫਿਰ ਜਦੋਂ ਮੈਨੂੰ ਕਾਲ ਆਈ ਅਤੇ ਮੈਂ ਪਿਆ ਸੀ ਅਤੇ ਮੈਂ ਚਲੋ ਉੱਠਿਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਵਿਆਹ ਸੀ ਅਤੇ ਇਹ ਉੱਠਿਆ ਹੋਣੇ ਉਹਨੇ, ਫਿਰ ਉਹਨਾਂ ਨੇ ਸੌਰੀ ਮੰਗੀ, ਕਹਿੰਦੇ ਸੌਰੀ ਮਿਸਟਰ ਸਿੰਘ ਵੀ ਤੁਸੀਂ ਪਏ ਸੀਗੇ, ਸੌਰੀ, ਹੈ ਨਾ, ਸਾਨੂੰ ਪਤਾ ਨਹੀਂ ਲੱਗਿਆ। ਮੈਂ ਕਿਹਾ ਇਟਸ ਆਲ ਰਾਈਟ, ਹੈ ਨਾ, ਅਤੇ ਫਿਰ ਉਹ ਮੈਂ ਕਿਹਾ ਤੁਸੀਂ ਮੇਰੇ ਦੂਜੇ ਨੰਬਰ 'ਤੇ ਲਾ ਲਓਗੇ ਪਲੀਜ਼, ਮੈਂ ਕਿਹਾ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਹੈ ਨਾ। ਲੀਨੀਅੰਟ ਗੱਲ ਕਰਦੇ, ਇੰਨੇ ਜ਼ਿਆਦਾ ਕੋਪਰੇਟਿਵ ਹੁੰਦੇ ਆ, ਇੰਨੇ ਜ਼ਿਆਦਾ ਕੋਪਰੇਟਿਵ ਆ, ਤੁਸੀਂ ਸੁਣੋਗੇ ਹੁਣ, ਹੈ ਨਾ। ਅਤੇ ਕਹਿੰਦੇ ਓਕੇ, ਮੈਂ ਟਰਾਈ ਕਰਦਾ, ਹੈ ਨਾ। ਉਹਨੇ ਫਿਰ ਉਹ ਨੰਬਰ 'ਤੇ ਲਾਇਆ, ਠੀਕ ਹੈ, ਉਹ ਲੱਗਿਆ ਨਹੀਂ, ਇਹਨੇ ਫਿਰ ਮੇਰੇ ਇਸੇ ਨੰਬਰ 'ਤੇ ਲਾਇਆ, ਕਹਿੰਦੇ ਜੀ ਉਹ ਨੰਬਰ ਨਹੀਂ ਲੱਗ ਰਿਹਾ, ਸੋ ਆਪਾਂ ਇਸੇ ਦੀ ਕੰਟੀਨਿਊ ਕਰਨੀ ਆ। ਮੈਂ ਕਿਹਾ ਹਾਂਜੀ ਦੱਸੋ, ਕਹਿੰਦੇ ਆਪਾਂ ਤੁਹਾਡੀ ਇੰਟਰਵਿਊ ਕੰਡਕਟ ਕਰਨੀ ਆ। ਅਤੇ ਮੈਂ ਫਿਰ ਮੈਂ ਕਿਹਾ ਜੀ ਆਪਾਂ ਕੱਲ੍ਹ ਕਰ ਸਕਦੇ ਹਾਂ, ਕਹਿੰਦੇ ਨਹੀਂ, ਜੇ ਤੁਸੀਂ ਕੱਲ੍ਹ ਕਰੋਗੇ ਕਰ ਤਾਂ ਸਕਦੇ, ਕਹਿੰਦੇ ਪਰ ਤੁਹਾਡਾ ਰਿਜ਼ਲਟ 10 ਦਿਨ ਲੇਟ ਜਾਊਗਾ ਹੋਰ, ਔਰ ਤੁਸੀਂ ਆਲਰੇਡੀ ਬੜੇ ਲੇਟ ਆ। ਮੈਂ ਕਿਹਾ ਹਾਂ, ਮੈਂ ਲੇਟ ਨਹੀਂ ਹੋਣਾ ਚਾਹੁੰਦਾ, ਚਲੋ ਆਪਾਂ ਸਟਾਰਟ ਕਰਦੇ ਹਾਂ। ਕਹਿੰਦੇ ਓਕੇ ਜੀ, ਫਿਰ ਸ਼ੁਰੂ ਕਰ ਲਿਆ ਉਹਨਾਂ ਨੇ, ਮੇਰਾ ਨਾਮ, ਮੇਰੀ ਡੇਟ ਆਫ ਬਰਥ, ਮੇਰਾ ਪਾਸਪੋਰਟ ਨੰਬਰ, ਹੈ ਨਾ, ਫਿਰ ਕਹਿੰਦੇ ਯੂਨੀਵਰਸਿਟੀ ਕਿਹੜੀ ਆ, ਕੋਰਸ ਕਿਹੜਾ ਆ, ਠੀਕ ਹੈ, ਇਹਨਾਂ ਦੀ
ਗਰਾਰੀ ਅੜਦੀ ਆ ਕੇ ਪੈਸਿਆਂ 'ਤੇ, ਤੁਹਾਨੂੰ ਫਾਈਨੈਂਸ਼ਲੀ ਸਪੋਰਟ ਕੌਣ ਕਰ ਰਿਹਾ? ਮੈਂ ਕਿਹਾ ਮੇਰੇ ਫਾਦਰ ਸਾਹਿਬ ਕਰ ਰਹੇ ਆ। ਕੀ ਸੋਰਸ ਆ? ਉਹ ਸੋਰਸ ਦੱਸਦਾ ਜੋ ਵੀ SOP ਦੇ ਵਿੱਚ ਲਿਖਿਆ ਹੋਇਆ ਸੀ, ਇਨਕਮ ਕਿੰਨੀ ਆ, ਇਨਕਮ ਦੱਸਦੀ ਆ, ਠੀਕ ਹੈ। ਕਹਿੰਦੇ ਓਕੇ ਗੁੱਡ। ਫਿਰ ਉਹ ਆ ਗਿਆ ਐਜੂਕੇਸ਼ਨ 'ਤੇ ਕਿ UK ਤੁਸੀਂ ਕਿਉਂ ਚੂਜ਼ ਕੀਤਾ, ਕੈਨੇਡਾ ਕਿਉਂ ਨਹੀਂ ਚੂਜ਼ ਕੀਤਾ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਉੱਥੋਂ ਦਾ ਜਿਹੜਾ ਵੈਦਰ ਆ ਬੜਾ ਐਕਸਟ੍ਰੀਮ ਆ, ਹੈ ਨਾ। ਅਤੇ ਇੱਥੇ ਮੈਨੂੰ ਜਿਹੜੀ ਉੱਥੇ ਮਾਸਟਰਸ ਹੈਗੀ, ਉੱਥੇ 2 ਸਾਲ ਦੀ ਆ, UK ਦੇ ਵਿੱਚ 1 ਸਾਲ ਦੀ ਮਾਸਟਰ ਆ, ਠੀਕ ਹੈ। ਫਿਰ ਕਹਿੰਦੇ UK ਦੇ ਵਿੱਚ ਇਹੀ ਯੂਨੀਵਰਸਿਟੀ ਕਿਉਂ ਚੂਜ਼ ਕੀਤੀ ਆ? ਫਿਰ ਮੈਂ ਕਿਹਾ ਮੈਂ ਯੂਨੀਵਰਸਿਟੀ ਦੀ ਰਿਸਰਚ ਕੀਤੀਆਂ ਕਾਫੀ, ਅਤੇ ਸੇਮ ਕੋਰਸ ਮੈਨੂੰ ਕਾਫੀ ਐਕਸਪੈਂਸਿਵ ਪੈ ਰਿਹਾ। ਕਹਿੰਦੇ ਅੱਛਾ ਕਿਹੜੀ ਯੂਨੀਵਰਸਿਟੀ? ਫਿਰ ਉਹਨਾਂ ਨੇ ਪੁੱਛਿਆ ਵੀ ਕਿਹੜੀ ਸਰਚ ਕੀਤੀ। ਫਿਰ ਮੈਂ ਸਰਚ ਕੀਤੀ ਸੀ, ਮੈਂ ਕਿਹਾ ਲੀਡਸ ਯੂਨੀਵਰਸਿਟੀ ਹੈ, ਠੀਕ ਹੈ। ਮੈਂ ਕਿਹਾ ਉੱਥੇ ਮੇਰਾ ਸੇਮ ਕੋਰਸ ਹੈਗਾ, ਮੈਨੂੰ ਮਤਲਬ 30,000 ਦਾ ਪੈ ਰਿਹਾ, 30,000 pounds ਦੇ ਵਿੱਚ। ਮੈਂ ਕਿਹਾ ਇੱਥੇ ਮੈਨੂੰ ਇਹ ਪੈ ਰਿਹਾ ਹੈ ਕੁਛ 15 ਦੇ, 16 ਦੇ ਲਾਗੇ। ਕਹਿੰਦੇ ਓਕੇ। ਫਿਰ ਕਹਿੰਦੇ ਤੁਹਾਡੀ ਫੀਸ ਕਿੰਨੀ ਪੇ ਕੀਤੀ ਹੋਈ ਆ? ਫਿਰ ਮੈਂ ਉਹਨਾਂ ਨੂੰ ਫੀਸ ਦੱਸਿਆ। ਕਹਿੰਦੇ ਟੋਟਲ ਫੀਸ ਕਿੰਨੀ ਆ? ਮੈਂ ਕਿਹਾ ਟੋਟਲ ਫੀਸ ਜੋ ਸੀਗੀ ਕੁਛ 16,000 pounds ਸੀ, ਵਿੱਚੋਂ ਮੈਨੂੰ 500 ਜਿਹੜੀ 5,000 pounds ਦੀ ਸਕੋਲਰਸ਼ਿਪ ਮਿਲ ਗਈ ਆ। ਫਿਰ ਮੇਰੀ 11 ਕੁ ਰਹਿ ਗਈ, ਉਹਦੇ ਵਿੱਚੋਂ ਮੈਂ 3 ਪੇ ਕਰਤੀ ਆ, ਬਾਕੀ ਮੈਂ ਕਿਹਾ ਮੇਰੀ ਮੈਂ ਜਦੋਂ ਮੇਰਾ ਵੀਜ਼ਾ ਆ ਗਿਆ ਮੈਂ ਉਦੋਂ ਪੇ ਕਰੂੰਗਾ। ਕਹਿੰਦੇ ਓਕੇ। ਫਿਰ ਉਹ ਕਹਿੰਦੇ ਵੀ ਤੁਹਾਡੇ ਫਿਊਚਰ ਪਲੈਨਸ, ਜਿਹੜਾ ਲਾਸਟਲੀ ਉਹਨਾਂ ਨੇ ਪੁੱਛਿਆ ਤੁਹਾਡੇ ਫਿਊਚਰ ਪਲੈਨਸ ਕੀ ਆ? ਫਿਊਚਰ ਪਲੈਨਸ ਦੇ ਵਿੱਚ ਮੈਂ ਦੱਸਿਆ ਕਿ ਹਾਂ ਮੈਂ ਇੱਥੇ ਪਹਿਲਾਂ ਸਟੱਡੀ ਕਰੂੰਗਾ, ਠੀਕ ਹੈ। ਸਟੱਡੀ ਕਰਕੇ ਮੈਂ ਆਪਣੇ ਵਾਪਸ ਆਊਂਗਾ, ਅਫਕੋਰਸ ਮੇਰੀ ਫੈਮਿਲੀ ਕੋਲ, ਮੇਰੇ ਪੇਰੈਂਟਸ ਕੋਲ ਮੈਂ ਵਾਪਸ ਆਊਂਗਾ, ਠੀਕ ਹੈ। ਵਾਪਸ ਆ ਕੇ ਮੈਂ ਪਹਿਲਾਂ ਕੋਈ ਜੋਬ ਕਰੂੰਗਾ, ਕਿਉਂਕਿ ਮੇਰੇ ਕੋਲ UK ਦੀ ਡਿਗਰੀ ਹੋਊਗੀ। ਫਿਰ ਉਹਨਾਂ ਨੇ ਪੁੱਛਿਆ ਵੀ ਕਿੱਥੇ ਜੋਬ ਕਰੋਗੇ? ਫਿਰ ਮੈਂ ਉਹਨਾਂ ਨੂੰ ਦੱਸਿਆ ਦਿੱਲੀ, ਗੁੜਗਾਓਂ। ਮੈਂ ਕਿਹਾ ਹੱਬ ਆ, ਠੀਕ ਹੈ, ਇੰਜੀਨੀਅਰਿੰਗ ਦੇ। ਮੈਂ ਕਿਹਾ ਮੈਨੂੰ ਕਿਤੇ ਵੀ ਆਸਾਨੀ ਨਾਲ ਜੋਬ ਮਿਲ ਜਾਣੀ ਆ, ਹਾਈਲੀ ਰੈਪੂਟੇਟਿਵ ਜਿਹੜੀ ਮੇਰੇ ਕੋਲ ਡਿਗਰੀ ਹੋਊਗੀ। ਅਤੇ ਮੈਂ ਕਿਹਾ ਫਿਰ ਕੁਛ ਟਾਈਮ ਬਾਅਦ, ਫਿਰ ਜੋਬ ਕਰਨ ਤੋਂ ਬਾਅਦ ਮੈਂ ਕੁਛ ਆਪਣਾ ਬਿਜ਼ਨਸ ਜਿਹੜਾ ਆਈ ਐਮ ਪਲੈਨਿੰਗ ਟੂ ਸਟਾਰਟ ਸਮਥਿੰਗ ਮਾਈ ਓਨ, ਠੀਕ ਹੈ। ਅਤੇ ਉਹ ਕਹਿੰਦੇ ਐਬਸਲਿਊਟਲੀ ਡਾਊਨ ਦੀ ਟਰੈਕਸ। ਉਹਨਾਂ ਨੂੰ ਇਹ ਸੀ ਕਿ ਇਹਨੂੰ ਸਾਰਾ ਕੁਛ ਪਤਾ ਹੈਗਾ, ਕੀ ਕਰ ਰਿਹਾ, ਕਿਵੇਂ ਕਰ ਰਿਹਾ, ਸਾਰਾ ਕੁਛ ਇਹਨੂੰ ਪਤਾ ਹੈਗਾ। ਸੋ ਇੰਨੀ ਕੋਈ ਫਿਰ ਵਰੀ ਕਰਨ ਵਾਲੀ ਗੱਲ ਕੋਈ ਹੋਈ ਨਹੀਂ, ਠੀਕ ਹੈ। ਸਭ ਕੁਛ ਠੀਕ ਹੋ ਗਿਆ ਅਤੇ ਯਾਰ ਹੁਣੀ ਹੁਣ ਬੈਠੇ ਇੱਥੇ ਇੰਗਲੈਂਡ ਆਏ, ਹੈ ਨਾ। ਸੋ ਵਰੀ ਕਰਨ ਵਾਲੀ ਕੋਈ ਗੱਲ ਨਹੀਂ, ਬੀ ਕੌਨਫੀਡੈਂਟ, ਠੀਕ ਹੈ। ਤੁਹਾਡਾ ਵੀ ਸਾਰਾ ਕੁਛ ਨਿਕਲ ਜਾਣਾ, ਕੈਸ਼ ਇੰਟਰਵਿਊ ਤਾਂ ਵੈਸੇ ਇੰਟਰਵਿਊ ਤੋਂ ਵੀ ਘੱਟ ਹੁੰਦੀ ਆ, ਪਰ ਇਹ ਆ ਵੀ ਚਲੋ ਥੋੜ੍ਹਾ ਪੁੱਛ ਸਕਦੇ, ਡੀਪਲੀ ਪੁੱਛ ਲੈਂਦੇ ਆ, ਹੈ ਨਾ, ਕਿ ਤੁਹਾਡੇ ਮਾਰਕਸ ਕਿੰਨੇ ਆਏ ਆ, ਠੀਕ ਹੈ, ਤੁਹਾਡੇ ਬੈਚਲਰ ਦੇ ਵਿੱਚੋਂ, ਤੁਹਾਡੇ 10th ਵਿੱਚੋਂ ਤੁਹਾਡੇ ਬੈਕਗਰਾਊਂਡ ਕੀ ਆ, ਉਹਦੇ ਵਿੱਚ ਸਬਜੈਕਟ ਕਿਹੜੇ ਕਿਹੜੇ ਸੀਗੇ, ਕਿਵੇਂ ਪੜ੍ਹੇ, ਉਹਨਾਂ ਦੇ ਵਿੱਚ ਕੀ ਸੀਗਾ, ਫਿਰ ਉਹ ਜਿਹੜੀ ਸਟੱਡੀ ਆ ਤੁਹਾਡੇ ਰਿਲੇਟ ਕਿਵੇਂ ਕਰਦੀ। ਵੈਰੀ ਇੰਪੋਰਟੈਂਟ ਕੁਸ਼ਚਨ ਆ ਕਿ ਜਿਹੜੀ ਤੁਹਾਡੀ ਬੈਕਗਰਾਊਂਡ ਸਟੱਡੀ ਆ ਉਹ ਤੁਹਾਡੀ ਆਉਣ ਵਾਲੀ ਸਟੱਡੀ ਨਾਲ ਮੈਚ ਕਿਵੇਂ ਕਰਦੀ, ਇਹ ਪੁੱਛਣਾ ਪੁੱਛਣਾ ਉਹਨਾਂ ਨੇ। ਅਤੇ ਤੁਸੀਂ ਆਪਣੇ ਆਪ ਨੂੰ ਇਹ ਪ੍ਰਿਪੇਅਰ ਕਰਨਾ ਵੀ ਤੁਸੀਂ ਰਿਲੇਟ ਕਿਵੇਂ ਕਰਦੇ ਹੋ, ਠੀਕ ਹੈ। ਸੋ ਮੇਰੀ ਬੈਕਗਰਾਊਂਡ ਜਿਹੜੀ ਸੀਗੀ ਅਕੈਡਮਿਕ ਬੈਕਗਰਾਊਂਡ ਵੀ ਸਿਵਲ ਇੰਜੀਨੀਅਰਿੰਗ ਸੀਗੀ, ਅਤੇ ਮੈਂ ਆ ਕੇ ਵੀ ਇੱਥੇ ਇੰਜੀਨੀਅਰਿੰਗ ਮੈਨੇਜਮੈਂਟ ਲਈ ਹੈ। ਸੋ ਮੈਂ ਕਿਹਾ ਸੀਗਾ ਕਿ ਮੈਂ ਇੰਜੀਨੀਅਰਿੰਗ ਦੇ ਨਾਲ ਕੁਛ ਮਤਲਬ ਮੈਨੇਜਮੈਂਟ ਲਾਈਕ ਕਿ ਆਪਣਾ ਬਿਜ਼ਨਸ ਸਟਾਰਟ ਕਰਨ ਦੇ ਲਈ ਮੈਨੇਜਮੈਂਟ ਸਿੱਖਣੀ ਆ। ਸੋ ਦੈਟਸ ਵਾਈ ਮੈਂ ਇਹ ਜਿਹੜਾ ਕੋਰਸ ਹੈ ਚੂਜ਼ ਕੀਤਾ, ਠੀਕ ਹੈ। ਸੋ ਇਹ ਤਾਂ ਸੀਗੀ ਕੈਸ਼ ਇੰਟਰਵਿਊ ਦੀ ਗੱਲ, ਇੰਨਾ ਕੀ ਆਉਂਦਾ। ਉਹਨਾਂ ਨੇ ਮੈਂ ਅੱਗੇ ਵੀ ਦੱਸਿਆ, ਉਹਨਾਂ ਨੇ ਤੁਹਾਡੇ ਬਾਰੇ ਹੀ ਪੁੱਛਣਾ, ਠੀਕ ਹੈ, ਹੋਰ ਕਿਸੇ ਬਾਰੇ ਨਹੀਂ ਪੁੱਛਣਾ। ਜੋ ਤੁਸੀਂ ਫਾਈਲ ਦੇ ਵਿੱਚ ਲਾਇਆ, ਜੋ ਤੁਹਾਡਾ ਅਕੈਡਮਿਕ ਬੈਕਗਰਾਊਂਡ ਆ, ਜੋ ਤੁਹਾਡਾ ਫਾਈਨੈਂਸ਼ਲੀ ਹੈ, ਜੋ ਤੁਹਾਡੀ ਫਾਈਲ ਦੇ ਵਿੱਚ ਹੈਗਾ, ਜੋ ਤੁਹਾਡੇ ਕੋਲ ਆ ਆਪਣਾ, ਉਹੀ ਪੁੱਛਣਾ। ਕਿਸੇ ਬਾਰੇ ਕੋਈ ਕਹਿ ਲਓ ਕੋਈ ਹਿਸਟਰੀ ਨਹੀਂ ਪੁੱਛ ਲੈਣੀ, ਕੋਈ ਇਹ ਨਹੀਂ ਪੁੱਛ ਲੈਣਾ, ਇਹੋ ਜਿਹਾ ਕੁਛ ਨਹੀਂ, ਠੀਕ ਹੈ। ਇਕੱਲਾ ਤੁਹਾਡੇ ਇੱਕ ਚੀਜ਼ ਹੋਰ ਸੀ ਵੀ ਜਿਹੜੀ ਤੁਸੀਂ ਲਿੰਕਨ ਯੂਨੀਵਰਸਿਟੀ ਹੀ ਕਹਿੰਦੇ ਕਿਉਂ ਚੂਜ਼ ਕੀਤੀ ਆ, ਹੈ ਨਾ, ਕਿਉਂ ਮਤਲਬ ਤੁਸੀਂ ਇਹ ਸਰਚ ਕੀਤਾ ਪਲੇਸ ਬਾਰੇ। ਫਿਰ ਮੈਂ ਕਿਹਾ ਯੈਸ, ਮੈਂ ਕਿਹਾ ਵੀ ਇਹ ਜਿਹੜਾ ਪਲੇਸ ਆ ਬੜਾ ਹਿਸਟੋਰਿਕ ਪਲੇਸ ਹੈਗਾ, ਠੀਕ ਹੈ, ਰੋਮਨਸ ਦੇ ਟਾਈਮ ਦਾ ਹੈਗਾ ਆ। ਇੱਥੋਂ ਦੀ ਜਿਹੜੀ ਮੇਨ ਅਟਰੈਕਸ਼ਨ ਆ ਉਹ ਕਥੀਡੀਅਲ ਆ, ਠੀਕ ਹੈ, ਮੇਰੀ ਵੀਡੀਓ ਵੀ ਸੀਗੀ ਕਥੀਡੀਅਲ 'ਤੇ, ਠੀਕ ਹੈ। ਕਥੀਡੀਅਲ ਇਹਨਾਂ ਦੀ ਜਿਹੜੀ ਹੈਗੀ ਆ ਮੇਨ ਅਟਰੈਕਸ਼ਨ ਆ ਇੱਥੇ, ਠੀਕ ਹੈ। ਇਹਦੀ ਯੂਨੀਵਰਸਿਟੀ ਰੈਂਕਿੰਗ ਕਿਵੇਂ ਚੱਲ ਰਹੀ ਆ, ਠੀਕ ਹੈ, ਟੋਪ 20 ਦੇ ਵਿੱਚ ਆਉਂਦੀ ਹੈ ਸਟੂਡੈਂਟ ਸੈਟਿਸਫੈਕਸ਼ਨ ਦੇ ਲਈ, ਠੀਕ ਹੈ। ਸੋ ਇਹ ਚੀਜ਼ਾਂ ਹੁੰਦੀਆਂ, ਮਤਲਬ ਕੁਛ ਜ਼ਿਆਦਾ ਰੋਕਟ ਸਾਇੰਸ ਨਹੀਂ ਹੈਗੀ, ਠੀਕ ਹੈ। ਜੋ ਤੁਹਾਡੇ ਕੋਲ ਹੈਗਾ, ਜੋ ਹੋ ਗਿਆ, ਉਹੀ ਉਹਨਾਂ ਨੇ ਪੁੱਛਣਾ ਹੈ, ਠੀਕ ਹੈ ਜੀ। ਸੋ ਹੁਣ ਮੈਂ ਵੀਡੀਓ ਇੱਥੇ ਕਰਦੇ ਹਾਂ ਆਪਾਂ ਬੰਦ, ਅਤੇ ਮੈਂ ਵੀਡੀਓ ਆਪਣੇ ਗਰੁੱਪ ਦਾ ਲਿੰਕ ਪਾਉਣ ਲੱਗਾ ਥੱਲੇ, ਠੀਕ ਹੈ, ਉਹ ਤੁਸੀਂ ਆਪਣਾ ਦੇਖ ਲੈਣਾ ਜਿਹਨੇ ਜੁਆਇਨ ਕਰਨਾ। ਮੈਨੂੰ ਮੈਸੇਜ ਪਰਸਨਲੀ ਬੜੇ ਕਰਦੇ ਆ ਜੀ ਸਾਡਾ ਗਰੁੱਪ 'ਚ, ਗਰੁੱਪ ਗਰੁੱਪ ਗਰੁੱਪ, ਹੈ ਨਾ। ਮੈਂ ਦੁਬਾਰਾ ਲਿੰਕ ਪਾਉਣ ਲੱਗਾ ਵੀਰੇ, ਅਤੇ ਜੁਆਇਨ ਕਰ ਲਿਓ, ਠੀਕ ਹੈ। ਮੇਰੇ ਖਿਆਲ ਨਾਲ 170-180 ਸਟੂਡੈਂਟ ਹੋ ਗਿਆ ਯੂਨੀਵਰਸਿਟੀ ਫੋਰ ਲਿੰਕਨ ਆਪਣੇ ਗਰੁੱਪ ਦੇ ਵਿੱਚ, ਸਤੰਬਰ ਇਨਟੇਕ ਦੇ ਵਿੱਚ, ਠੀਕ ਹੈ। ਸੋ ਆਲ ਦਾ ਬੈਸਟ ਗਾਈਜ਼, ਬੀ ਪ੍ਰਪੇਅਰ, ਹੈ ਨਾ। ਕੱਢ ਜਾਣੀ ਆ ਤੁਸੀਂ ਜਿਹਦੇ ਜਿਹਦੀ, ਹੁਣ ਤੁਸੀਂ ਕੈਸ਼ ਨਿਕਲ ਗਈ ਤਾਂ ਮੈਨੂੰ ਦੱਸਦੇ ਰਹਿਣਾ, ਠੀਕ ਹੈ, ਅਪਡੇਟ ਆਪਾਂ ਕਰਦੇ ਰਹਾਂਗੇ ਤੁਹਾਨੂੰ, ਠੀਕ ਹੈ ਜੀ। ਥੈਂਕ ਯੂ ਵੈਰੀ ਮੱਚ।